ਆਸਟ੍ਰੇਲੀਆ ਦੀ ਸਰਕਾਰ ਨੇ ਅਸਥਾਈ ਗ੍ਰੈਜੂਏਟ ਪ੍ਰੋਗਰਾਮਾਂ ਵਿੱਚ ਕੁਝ ਅਹਿਮ ਬਦਲਾਅ ਕੀਤੇ ਹਨ। ਦੇਸ਼ ਦੇ ਗ੍ਰਹਿ ਮੰਤਰਾਲੇ ਦੀ ਵੈਬਸਾਈਟ ਮੁਤਾਬਕ ਇਹ ਬਦਲਾਅ 1 ਜੁਲਾਈ 2024 ਤੋਂ ਲਾਗੂ ਹੋਣ ਲਈ ਪ੍ਰਸਤਾਵਿਤ ਹੋਣਗੇ। ਨਵੇਂ ਬਦਲਾਅ ਤਹਿਤ ਗ੍ਰੈਜੂਏਟ ਵਰਕ ਸਟ੍ਰੀਮ ਦਾ ਨਾਂ ਬਦਲ ਕੇ ਪੋਸਟ ਵੋਕੇਸ਼ਨਲ ਐਜੂਕੇਸ਼ਨ ਵਰਕ ਸਟ੍ਰੀਮ ਰੱਖਿਆ ਜਾਵੇਗਾ। ਇਸ ਤਰ੍ਹਾਂ ਪੋਸਟ ਸਟੱਡੀ ਵਰਕ ਸਟ੍ਰੀਮ ਦਾ ਨਾਮ ਬਦਲ ਕੇ ਪੋਸਟ ਹਾਇਰ ਐਜੂਕੇਸ਼ਨ ਵਰਕ ਸਟ੍ਰੀਮ ਰੱਖਿਆ ਜਾਵੇਗਾ। ਹੁਣ ਜਾਣਦੇ ਹਾਂ ਕਿ ਯੋਗਤਾ ਦੇ ਮਾਪਦੰਡ ਕਿਵੇਂ ਬਦਲੇ ਨੇ। ਆਸਟ੍ਰੇਲੀਆ ਵਿੱਚ ਸਟੱਡੀ ਦੀਆਂ ਯੋਗਤਾਵਾਂ ਨੂੰ ਪੂਰਾ ਕਰਨ ਲਈ ਤੁਸੀਂ ਜੋ ਵੀ ਯੋਗਤਾ ਵਰਤਦੇ ਹੋ ਉਹੀ ਤੁਹਾਡੀ ਅਗਲੀ ਸਟ੍ਰੀਮ ਨੂੰ ਨਿਰਧਾਰਿਤ ਕਰੇਗੀ ਅਤੇ ਇਸੇ ਦੇ ਆਧਾਰ ਉੱਤੇ ਤੁਸੀਂ ਅਰਜ਼ੀ ਦੇ ਸਕਦੇ ਹੋ। ਜੇ ਤੁਹਾਡੇ ਕੋਲ ਕੋਈ ਹੋਰ ਯੋਗਤਾਵਾਂ ਹਨ ਤਾਂ ਉਹਨਾਂ ਨੂੰ ਇਹ ਨਿਰਧਾਰਿਤ ਕਰਨ ਵਿੱਚ ਨਹੀਂ ਵਿਚਾਰਿਆ ਜਾਵੇਗਾ ਕਿ ਤੁਸੀਂ ਸਟੱਡੀ ਪਰਮਿਟ ਦੇ ਯੋਗ ਹੋ ਜਾਂ ਨਹੀਂ। ਜੇਕਰ ਤੁਹਾਡੇ ਕੋਲ ਐਸੋਸੀਏਟ ਡਿਗਰੀ, ਡਿਪਲੋਮਾ ਜਾਂ ਵਪਾਰਕ ਯੋਗਤਾ ਹੈ ਤਾਂ ਤੁਸੀਂ ਪੋਸਟ ਵੋਕੇਸ਼ਨਲ ਐਜੂਕੇਸ਼ਨ ਵਰਕ ਸਟ੍ਰੀਮ ਲਈ ਅਰਜ਼ੀ ਦੇ ਸਕਦੇ ਹੋ। ਤੁਸੀਂ ਮੀਡੀਅਮ ਅਤੇ ਲੌਂਗ ਟਰਮ ਸਟ੍ਰੈਟੇਜਿਕ ਲਿਸਟ, ਜਿਸ ਨੂੰ MLTSSL ਵੀ ਕਿਹਾ ਜਾਂਦਾ ਹੈ, ਉਸ ਵਿੱਚ ਜਿਸ ਕਿੱਤੇ ਨੂੰ ਨਾਮਜ਼ਦ ਕਰਦੇ ਹੋ ਉਹ ਤੁਹਾਡੀ ਯੋਗਤਾ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ। ਜੇਕਰ ਤੁਹਾਡੀ ਯੋਗਤਾ ਡਿਗਰੀ ਪੱਧਰ ਜਾਂ ਵੱਧਦੀ ਹੈ ਤਾਂ ਤੁਹਾਨੂੰ ਪੋਸਟ ਹਾਇਰ ਐਜੂਕੇਸ਼ਨ ਵਰਕ ਸਟ੍ਰੀਮ ਲਈ ਅਰਜ਼ੀ ਦੇਣੀ ਚਾਹੀਦੀ ਹੈ। ਉਹ ਪਾਬੰਦੀਆਂ ਜੋ 5 ਨਵੰਬਰ 2011 ਤੋਂ ਪਹਿਲਾਂ ਕੀਤੀ ਅਰਜ਼ੀ ਦੇ ਕੇ ਵਿਦਿਆਰਥੀ ਵੀਜ਼ਾ ਲੈਣ ਵਾਲੇ ਬਿਨੈਕਾਰਾਂ ਉੱਤੇ ਲਾਗੂ ਸਨ, ਹੁਣ ਲਾਗੂ ਨਹੀਂ ਹੋਣਗੀਆਂ। ਹੁਣ ਜਾਣਦੇ ਹਾਂ ਕਿ ਅਸਥਾਈ ਗ੍ਰੈਜੂਏਟ ਵੀਜ਼ਾ ਲਈ ਕੀ ਯੋਗਤਾ ਹੈ। ਬਿਨੈਕਾਰਾਂ ਲਈ ਜ਼ਰੂਰੀ ਹੈ ਕਿ ਉਹਨਾਂ ਦੀ ਯੋਗਤਾ ਪੂਰੀ ਹੋਏ ਅਤੇ ਉਹਨਾਂ ਵੱਲੋਂ 1 ਜੁਲਾਈ 2024 ਤੋਂ ਪਹਿਲਾਂ ਆਪਣੀ ਅਸਥਾਈ ਗ੍ਰੈਜੂਏਟ ਵੀਜ਼ਾ ਅਰਜ਼ੀ ਦਾਇਰ ਕੀਤੀ ਹੋਣੀ ਚਾਹੀਦੀ ਹੈ। ਬਿਨੈਕਾਰ ਆਸਟ੍ਰੇਲੀਅਨ ਸਟੱਡੀ ਯੋਗਤਾ ਨੂੰ ਪੂਰਾ ਕਰਦੇ ਹੋਣ ਅਤੇ ਵੀਜ਼ਾ ਫੈਸਲੇ ਤੋਂ ਪਹਿਲਾਂ ਕੋਰਸ ਪੂਰਾ ਹੋਣ ਦੀ ਮਿਤੀ ਬਾਰੇ ਆਪਣੇ ਸਿੱਖਿਆ ਸੰਸਥਾਵਾਂ ਤੋਂ ਸਬੂਤ ਹਾਸਲ ਕਰਨ। ਹੁਣ ਜਾਣਦੇ ਹਾਂ 1 ਜੁਲਾਈ ਤੋਂ ਬਾਅਦ ਦੀਆਂ ਅਰਜ਼ੀਆਂ ਦਾ ਕੀ ਹੋਵੇਗਾ। 1 ਜੁਲਾਈ 2024 ਨੂੰ ਜਾਂ ਇਸ ਤੋਂ ਬਾਅਦ ਦਾਇਰ ਕੀਤੀਆਂ ਅਰਜ਼ੀਆਂ ਦਾ ਮੁਲਾਂਕਣ ਨਵੀਆਂ ਯੋਗਤਾਵਾਂ ਦੇ ਤਹਿਤ ਕੀਤਾ ਜਾਵੇਗਾ। ਪੋਸਟ ਵੋਕੇਸ਼ਨਲ ਐਜੂਕੇਸ਼ਨ ਵਰਕ ਸਟ੍ਰੀਮ ਬਿਨੈਕਾਰਾਂ ਲਈ ਵੱਧ ਤੋਂ ਵੱਧ ਯੋਗ ਉਮਰ ਅਰਜ਼ੀ ਦੇਣ ਵੇਲੇ 35 ਸਾਲ ਜਾਂ ਇਸ ਤੋਂ ਘੱਟ ਹੋਣੀ ਚਾਹੀਦੀ ਹੈ। ਹਾਂਗਕਾਂਗ ਅਤੇ ਬ੍ਰਿਟਿਸ਼ ਨੈਸ਼ਨਲ ਓਵਰਸੀਜ਼ ਪਾਸਪੋਰਟ ਧਾਰਕ ਅਜੇ ਵੀ ਯੋਗ ਹੋਣਗੇ ਜੇਕਰ ਉਹਨਾਂ ਦੀ ਉਮਰ 50 ਸਾਲ ਤੋਂ ਘੱਟ ਹੈ। ਉਮਰ ਦੀ ਕਟੌਤੀ ਕਾਰਨ ਪੋਸਟ ਵੋਕੇਸ਼ਨਲ ਐਜੂਕੇਸ਼ਨ ਵਰਕ ਸਟ੍ਰੀਮ ਲਈ ਹੁਣ ਯੋਗ ਬਿਨੈਕਾਰ ਵੀਜ਼ਾ ਦੇ ਹੋਰ ਬਦਲ ਦੇਖ ਸਕਦੇ ਹਨ। ਅਰਜ਼ੀ ਦੇਣ ਵਾਲੇ 18 ਮਹੀਨਿਆਂ ਤੱਕ ਆਸਟ੍ਰੇਲੀਆ ਰਹਿ ਸਕਦੇ ਹਨ। ਹਾਂਗਕਾਂਗ ਜਾਂ ਬ੍ਰਿਟਿਸ਼ ਨੈਸ਼ਨਲ ਓਵਰਸੀਜ਼ ਪਾਸਪੋਰਟ ਧਾਰਕ 5 ਸਾਲਾਂ ਤੱਕ ਰਹਿਣ ਦੇ ਯੋਗ ਹੋਣਗੇ। ਪੜ੍ਹਾਈ ਦੇ ਵੱਖ ਵੱਖ ਕੋਰਸਾਂ ਲਈ ਉੱਥੇ ਰਹਿਣ ਦਾ ਸਮਾਂ ਵੀ ਵੱਖ ਵੱਖ ਹੈ। ਜਿਵੇਂ ਬੈਚਲਰ ਡਿਗਰੀ ਵਾਲੇ 2 ਸਾਲ ਤੱਕ ਰਹਿ ਸਕਦੇ ਹਨ, ਮਾਸਟਰ ਡਿਗਰੀ ਦੇ ਲਈ 2 ਸਾਲ ਤੱਕ ਰਿਹਾ ਜਾ ਸਕਦਾ ਹੈ, ਰਿਸਰਚ ਵਿੱਚ ਮਾਸਟਰ ਅਤੇ ਡਾਕਟਰੇਟ ਡਿਗਰੀ ਲਈ 3 ਸਾਲ ਤੱਕ ਰਿਹਾ ਜਾ ਸਕਦਾ ਹੈ। ਹਾਂਗਕਾਂਗ ਅਤੇ ਬ੍ਰਿਟਿਸ਼ ਨੈਸ਼ਨਲ ਓਵਰਸੀਜ਼ ਪਾਸਪੋਰਟ ਧਾਰਕ 5 ਸਾਲ ਤੱਕ ਰਹਿਣ ਦੇ ਯੋਗ ਹੋ ਸਕਦੇ ਹਨ।